ਤੁਸੀਂ ਮੈਨੂੰ ਕਿਹਾ ਕਰਦੇ ਸੀ ਤੈਨੂੰ ਵੋਟ ਨਹੀਂ ਪੈਂਦੀ ਅਤੇ ਤੇਰੀ ਕੌਮ ਤੈਨੂੰ ਵੋਟ ਨਹੀਂ ਪਾਉਂਦੀ। ਹੁਣ ਦੇਖ ਲਓ ਸਾਰੀ ਕੌਮ ਨੇ ਵੋਟ ਪਾਏ ਹੈ। ਤੁਸੀਂ ਕਹਿੰਦੇ ਸੀ ਕਿ ਇਹ ਕੌਮੀਅਤ ਭੁੱਲੇ ਹੋਏ ਲੋਕ ਨੇ, ਅੱਜ ਕੌਮੀਅਤ ਯਾਦ ਆ ਗਈ ਇਹਨਾਂ ਨੂੰ ਲੱਗਦਾ ਹੁਣ। ਲੋਕ ਕਹਿ ਰਹੇ ਸੀ ਕਿ ਪੰਥਕ ਵੋਟ ਟੁੱਟ ਗਈ, ਪਰ ਪੰਥਕ ਵੋਟ ਤੁਹਾਨੂੰ ਲੱਗਦਾ ਹੁਣ ਪੰਥਕ ਵੋਟ ਤੁਹਾਨੂੰ ਪੈ ਗਈ? ਸਾਰੀ ਪੰਥਕ ਵੋਟ ਆਪਾਂ ਨੂੰ ਪਈ ਹੈ। ਬੰਦੀ ਸਿੰਘਾਂ ਦਾ ਮੁੱਦਾ ਅਹਿਮ ਰਿਹਾ ਗਾ, ਬੰਦੀ ਸਿੰਘਾਂ ਨੇ ਤੁਹਾਨੂੰ ਸਪੋਰਟ ਵੀ ਕੀਤਾ, ਚਾਹੇ ਭਾਈ ਜਗਤਾਰ ਸਿੰਘ ਹਵਾਰਾ ਹੋਣ, ਤਾਰਾ ਹੋਣ ਜਾਂ ਹੋਰ ਬੰਦੀ ਸਿੰਘ, ਉਹਨਾਂ ਨੂੰ ਲੈ ਕੇ ਕੀ ਸਟ੍ਰੈਟਜੀ ਰਹਿਣ ਵਾਲੀ ਹੈ ਤੁਹਾਡੀ? ਮੈਂ ਅਕਸਰ ਪੁੱਛਦਾ ਰਿਹਾ ਕਿ 99 ਵਾਲੀ 99 ਵਾਲੀ ਪ੍ਰਵਾਸ ਦੇਖਣ ਨੂੰ ਮਿਲੂਗੀ, ਹੁਣ ਇਹ ਪ੍ਰਵਾਸ ਤਾਂ ਦੇਖਣ ਨੂੰ ਮਿਲੀ ਹੈ, ਪ੍ਰਵਾਸ ਬਰਕਰਾਰ ਰਹੂਗੀ? ਹਾਂ ਬਿਲਕੁਲ। ਸੰਗਰੂਰ ਦੇ ਉਹੀ ਲੋਕ ਜਿਨ੍ਹਾਂ ਨੇ 99 'ਚ ਜਿਤਾਇਆ, ਉਹੀ ਸੰਗਰੂਰ ਦੇ ਲੋਕ ਹੁਣ ਜਿਤਾ ਰਹੇ ਆ। 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਜਿਤਾਇਆ, ਕੀ ਲੱਗਦਾ ਵੱਡਾ ਰੋਸ ਇਹ ਨਿਕਲਿਆ ਆਮ ਆਦਮੀ ਪਾਰਟੀ ਦੇ ਖਿਲਾਫ? ਪੰਜਾਬ ਦੇ ਲੋਕਾਂ ਨੇ ਝਾੜੂ ਅਤੇ ਕਿਰਪਾਨ 'ਚ ਫਰਕ ਸਮਝ ਲਿਆ। CM ਮਾਨ ਨੇ ਕਿਹਾ ਸੀ ਕਿ ਕਿਰਪਾਨ ਇਹ ਤਾਂ ਚੱਕ ਦਿਆਂਗੇ, ਇਹੋ ਜਿਹੀਆਂ ਗੱਲਾਂ ਕਰਦੇ, ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਅਜੇ ਜਿੱਤ ਡਿਕਲੇਅਰ ਨਹੀਂ ਹੋਈ ਅਤੇ ਪਹਿਲਾਂ ਜਿੱਤ ਡਿਕਲੇਅਰ ਹੋ ਜਾਵੇ ਫਿਰ ਮੈਂ ਤੁਹਾਨੂੰ ਕੁਛ ਕਹਿ ਸਕੂੰਗਾ। ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਰਦਾਰ ਸਾਹਿਬ। ਬਾਨੀ ਹੋ ਗਿਆ ਪਰ ਅਜੇ ਰਿਜ਼ਲਟ ਨਹੀਂ ਨਿਕਲਿਆ ਅਤੇ ਮੈਨੂੰ ਬੇਸ਼ਰਮੀ ਹੋਊਗੀ ਜੇ ਸਰਕਾਰ ਨੇ ਦੂਜੇ ਪਾਸੇ ਰਿਜ਼ਲਟ ਕੱਢਤਾ ਅਤੇ ਅਜੇ 2-3 ਮਿੰਟ ਉਡੀਕ ਲਓ। ਸੁਖਪਾਲ ਸਿੰਘ ਖਹਿਰਾ, ਬੇਸ਼ੱਕ ਕਾਂਗਰਸ ਦੇ MLA ਨੇ ਕਹਿ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੇ ਝਾੜੂ ਅਤੇ ਕਿਰਪਾਨ 'ਚ ਫਰਕ ਸਮਝ ਲਿਆ। CM ਮਾਨ ਨੇ ਕਿਹਾ ਸੀ ਕਿ ਕਿਰਪਾਨ ਇਹ ਤਾਂ ਚੱਕ ਦਿਆਂਗੇ, ਇਹੋ ਜਿਹੀਆਂ ਗੱਲਾਂ ਕਰਦੇ, ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ। ਖਹਿਰਾ ਸਾਹਿਬ ਵੀ ਵਧਾਈ ਦੇ ਰਹੇ ਹਾਂ। ਮਿਹਰਬਾਨੀ ਜੀ, ਸਾਰਿਆਂ ਨੂੰ ਮੇਰੀ ਬਹੁਤ ਬਹੁਤ, ਅਸੀਂ ਜਿੰਨੀ ਹੈ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਹੈ। ਮਾਨ ਸਾਹਿਬ, ਜਿਸ ਤਰੀਕੇ ਦੇ ਨਾਲ ਆਪਾਂ ਅਕਸਰ ਗੱਲ ਕਰਦੇ ਹਾਂ, ਮੈਂ ਪਹਿਲਾਂ ਜਿਹੜੀਆਂ ਇੰਟਰਵਿਊਜ਼ ਕੀਤੀਆਂ, ਮੈਂ ਅਕਸਰ ਪੁੱਛਦਾ ਰਿਹਾ ਕਿ 99 ਵਾਲੀ 99 ਵਾਲੀ ਪ੍ਰਵਾਸ ਦੇਖਣ ਨੂੰ ਮਿਲੂਗੀ, ਹੁਣ ਇਹ ਪ੍ਰਵਾਸ ਤਾਂ ਦੇਖਣ ਨੂੰ ਮਿਲੀ ਹੈ, ਪ੍ਰਵਾਸ ਬਰਕਰਾਰ ਰਹੂਗੀ? ਹਾਂ ਬਿਲਕੁਲ, ਇਹ ਜਿਹੜੇ ਨੌਜਵਾਨਾਂ ਨੇ ਸਪੋਰਟ ਕੀਤਾ, ਭਾਈ ਸਿੱਧੂ ਮੂਸੇਵਾਲ ਨੇ, ਭਾਈ ਸੰਦੀਪ ਸਿੰਘ ਸਿੱਧੂ ਨੇ ਅਤੇ ਹਜ਼ਾਰਾਂ ਸਿੱਖ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਸ਼ਮੂਲੀਅਤ ਕਰਦੇ ਹੋਏ ਆਪਣੀਆਂ ਜਾਨਾਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹਾਂ ਅਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਰਿਣੀ ਹੈ ਅਤੇ ਧਰਮੀ ਫੌਜੀਆਂ ਦਾ ਵੀ ਹੈ ਜਿਨ੍ਹਾਂ ਨੂੰ ਅਜੇ ਤੱਕ ਡੱਕਾ ਨਹੀਂ ਦਿੱਤਾ ਹੈਗਾ ਅਤੇ ਮੈਂ ਕੰਮ ਕਰੂੰਗਾ ਕਿਸਾਨਾਂ ਦੇ ਲਈ ਅਤੇ ਰੰਗਰੇਟੇ ਸਿੱਖਾਂ ਦੇ ਲਈ ਅਤੇ ਖੇਤ ਮਜ਼ਦੂਰਾਂ ਦੇ ਲਈ ਅਤੇ ਵਪਾਰੀਆਂ ਦੇ ਲਈ। ਸਾਨੂੰ ਵਪਾਰ ਵਧਾਉਣ ਦੀ ਲੋੜ ਹੈ ਕਿ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਜਾਵੇ, ਫਿਰ ਸਾਨੂੰ ਬਹੁਤ ਫਾਇਦਾ ਹੋਜੂ, ਕਿਉਂ ਕਰਕੇ ਟਰਾਂਸਪੋਰਟ ਚੱਲ ਜੂ। 40 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਨੇ, ਉਹਨਾਂ ਨੂੰ ਵੀ ਆਰਾ ਲੱਭ ਜੂਗਾ ਅਤੇ ਸਾਰੀ ਦੁਨੀਆ ਦੇ ਵਿੱਚ ਟਰੱਕ ਲੈ ਕੇ ਜਾਣਗੇ, ਭਰੇ ਹੋਏ ਆਉਣਗੇ ਅਤੇ ਇਹਦੇ ਨਾਲ ਬਾਰਡਰ ਖੁੱਲ੍ਹਣ ਦੇ ਨਾਲ ਅਤੇ ਜਿਹੜਾ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਇਆ ਸੀਗਾ ਕਿ ਇਹ ਦਹਿਸ਼ਤਗਰਦ ਮੁਲਕ ਹੈ, ਫਾਟਫ ਨੇ FATF, ਉਹ ਵੀ ਫਾਟਫ ਨੇ ਵਾਪਸ ਲੈ ਲਿਆ ਕਿ ਇਹ ਹੁਣ ਦਹਿਸ਼ਤਗਰਦ ਮੁਲਕ ਨਹੀਂ ਹੈ। ਸੋ ਮੇਰਾ ਮਤਲਬ ਕਿਸੇ ਨੂੰ ਇਸਲਾਮਿਕ ਪਾਕਿਸਤਾਨ ਤੋਂ ਡਰਨ ਦੀ ਲੋੜ ਨਹੀਂ ਹੈ ਜੀ। ਮਾਨ ਸਾਹਿਬ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਕਿ ਸੰਗਰੂਰ ਦੇ ਉਹੀ ਲੋਕ ਜਿਨ੍ਹਾਂ ਨੇ 99 'ਚ ਜਿਤਾਇਆ, ਉਹੀ ਸੰਗਰੂਰ ਦੇ ਲੋਕ ਹੁਣ ਜਿਤਾ ਰਹੇ ਆ। 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਜਿਤਾਇਆ, ਕੀ ਲੱਗਦਾ ਵੱਡਾ ਰੋਸ ਇਹ ਨਿਕਲਿਆ ਆਮ ਆਦਮੀ ਪਾਰਟੀ ਦੇ ਖਿਲਾਫ? ਨਹੀਂ, ਹੁਣ ਜਿਹੜੇ ਤੁਸੀਂ ਮੈਨੂੰ ਕਿਹਾ ਕਰਦੇ ਸੀ ਤੈਨੂੰ ਵੋਟ ਨਹੀਂ ਪੈਂਦੀ ਅਤੇ ਤੇਰੀ ਕੌਮ ਤੈਨੂੰ ਵੋਟ ਨਹੀਂ ਪਾਉਂਦੀ, ਹੁਣ ਦੇਖ ਲਓ ਸਾਰੀ ਕੌਮ ਨੇ ਵੋਟ ਪਾਏ ਹੈ। ਤੁਸੀਂ ਕਹਿੰਦੇ ਸੀ ਕਿ ਇਹ ਕੌਮੀਅਤ ਭੁੱਲੇ ਹੋਏ ਲੋਕ ਨੇ, ਅੱਜ ਕੌਮੀਅਤ ਯਾਦ ਆ ਗਈ ਇਹਨਾਂ ਨੂੰ ਲੱਗਦਾ ਹੁਣ? ਬਿਲਕੁਲ, ਅੱਜ ਤੱਕ ਕੌਮੀਅਤ ਦੇ ਅੰਦਰ ਇਹ ਨਾਰੇ ਮਾਰੀ ਜਾਂਦੇ ਆ ਹੁਣ। ਇੱਕ ਹੋਰ ਆਪਾਂ ਗੱਲ ਕਰ ਲੈਂਦੇ ਹਾਂ ਕਿ ਪੰਥਕ ਵੋਟ ਇਸ ਵਾਰ ਟੁੱਟੀ, ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਸੀ, ਬਾਅਦ ਦੇ ਵਿੱਚ ਅਕਾਲੀ ਦਲ ਬਾਦਲ ਨੇ ਉਸਨੂੰ ਪੰਜਾਬੀ ਪਾਰਟੀ ਬਣਾ ਲਿਆ, ਬਾਅਦ ਦੇ ਵਿੱਚ ਹੁਣ ਇਸ ਵਾਰ 3 ਸੀਟਾਂ ਉਹਨਾਂ ਕੋਲ ਰਹਿ ਗਈਆਂ। ਲੋਕ ਕਹਿ ਰਹੇ ਸੀ ਕਿ ਪੰਥਕ ਵੋਟ ਟੁੱਟ ਗਈ, ਪਰ ਪੰਥਕ ਵੋਟ ਤੁਹਾਨੂੰ ਲੱਗਦਾ ਹੁਣ ਪੰਥਕ ਵੋਟ ਤੁਹਾਨੂੰ ਪੈ ਗਈ? ਸਾਰੀ ਪੰਥਕ ਵੋਟ ਆਪਾਂ ਨੂੰ ਪਈ ਹੈ, ਜਿਹੜੇ ਮਹਾਜਨ ਹੈ, ਮੁਸਲਮਾਨ ਹੈ,
नौजवान है जिहड़े रंगरेटे सिख है मजदूर है जिन्ने भी अपने किसान है सारिया ने रल के वोट पाई है। ਧੰਨਵਾਦੀ ਦੌਰੇ ਕਰਨ ਕਦੋਂ ਜਾ ਰਹੇ ਹੋ? 7000 ਦੀ ਲੀਡ ਆ ਗਈ ਇਸ ਵੇਲੇ, ਅਪਡੇਟ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ 7052 ਵੋਟਾਂ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਨੇ ਅਤੇ ਸਾਡੇ ਨਾਲ ਬੈਠੇ ਹੋਏ ਨੇ। ਲੀਡ ਮੈਨੂੰ ਲੱਗਦਾ ਕਿ ਹੁਣ ਟੁੱਟਣੀ ਔਖੀ ਹੋ ਜੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਵੋਟ ਪਰਸੈਂਟ ਵੀ ਬਹੁਤ ਘੱਟ ਰਿਹਾ ਪੋਲਿੰਗ ਡੇ ਦਿਨ 45.45 ਕੁਛ ਪਰਸੈਂਟ ਵੋਟਾਂ ਜਿਹੜੀਆਂ ਪੋਲ ਹੋਈਆਂ ਨੇ। ਮੈਂ ਰਿਜ਼ਲਟ ਤੋਂ ਪਹਿਲਾਂ ਕੁਛ ਕਹਿਣਾ ਨਹੀਂ ਚਾਹੁੰਦਾ ਜੀ, ਫਿਰ ਐਵੇਂ ਆਪਾਂ ਸ਼ਰਮਿੰਦੇ ਹੋਵਾਂਗੇ, ਰਿਜ਼ਲਟ ਨਿਕਲਿਆ ਫਿਰ ਗੱਲ ਕਰਾਂਗੇ। ਮਤਲਬ ਜੇ ਜਾਣੇ ਹੋ ਪਾਰਲੀਮੈਂਟ ਦੇ ਵਿੱਚ ਜਿਵੇਂ ਤੁਸੀਂ ਰੰਗਰੇਟੇ ਸਿੱਖਾਂ ਦੀ ਗੱਲ ਕੀਤੀ, ਦੂਸਰੇ ਪਾਸੇ ਜਿਹੜਾ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ, ਪੰਦੀ ਸਿੰਘਾਂ ਦਾ ਮੁੱਦਾ ਅਹਿਮ ਰਿਹਾ ਗਾ, ਪੰਦੀ ਸਿੰਘਾਂ ਨੇ ਤੁਹਾਨੂੰ ਸਪੋਰਟ ਵੀ ਕੀਤਾ, ਚਾਹੇ ਭਾਈ ਜਗਤਾਰ ਸਿੰਘ ਹਵਾਰਾ ਹੋਣ, ਤਾਰਾ ਹੋਣ ਜਾਂ ਹੋਰ ਬੰਦੀ ਸਿੰਘ, ਉਹਨਾਂ ਨੂੰ ਲੈ ਕੇ ਕੀ ਸਟ੍ਰੈਟਜੀ ਰਹਿਣ ਵਾਲੀ ਹੈ ਤੁਹਾਡੀ ਜੀ? ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਪੂਰੀ ਸਾਡੀ ਪਾਰਟੀ ਦੀ ਕੋਸ਼ਿਸ਼ ਹੋਊਗੀ, ਜੜ੍ਹ ਤੋਂ ਉੱਤੇ ਸੁਪਰੀਮ ਕੋਰਟ ਤੱਕ ਅਤੇ ਇੰਟਰਨੈਸ਼ਨਲ ਪੱਧਰ UN ਤੱਕ ਅਸੀਂ, ਅਤੇ ਜਿਹੜੇ ਸਾਡੇ ਸਿੱਖ ਬਾਹਰ ਵੱਸਦੇ ਹੈ ਅਤੇ ਉਹਨਾਂ ਦੇ ਕੋਲ ਵੀ ਕੇਸ ਲੈ ਕੇ ਜਾਵਾਂਗੇ ਕਿ 30-30 ਸਾਲ ਦੇ ਸਿੱਖ ਜਬਰਨ ਹਿੰਦੁੱਤਵਾ ਨੇ ਸਾਡੇ ਜੇਲ੍ਹਾਂ ਦੇ ਵਿੱਚ ਰੱਖੇ ਹੈ ਅਤੇ ਇਹਨਾਂ ਦੀ ਰਿਹਾਈ ਇੱਕਦਮ ਹੋਣੀ ਚਾਹੀਦੀ ਹੈ। ਮਾਨ ਸਾਹਿਬ, ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਉਹਨਾਂ ਨੇ ਕਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ। ਅੱਜ ਉਹ ਨੌਜਵਾਨ ਜਿਹੜੇ ਸੱਜੇ ਖੱਬੇ ਬੈਠੇ ਹੁੰਦੇ ਸੀ ਜਿਨ੍ਹਾਂ ਨੇ ਪ੍ਰਚਾਰ ਕੀਤਾ ਤੁਹਾਡੇ ਲਈ, ਤੁਸੀਂ ਕਿਹਾ ਅੱਗੇ ਵੀ ਆਪਾਂ ਗੱਲ ਕੀਤੀ ਕਿ ਮੈਨੂੰ ਤਾਂ ਹਰ ਵੇਲੇ ਮਿਸ, ਮੈਂ ਉਹਨਾਂ ਨੂੰ ਮਿਸ ਕਰਦਾ, ਮੈਂ ਯਾਦ ਕਰਦਾ, ਅੱਜ ਕਿੰਨੇ ਕੁ ਯਾਦ ਆ ਰਹੇ? ਉਹ ਮੇਰੇ ਅਸੈਂਬਲੀ ਇਲੈਕਸ਼ਨ ਲੜਨ ਦੇ ਹੱਕ ਦੇ ਵਿੱਚ ਨਹੀਂ ਸੀਗੇ। ਸਿੱਧੂ ਸਾਹਿਬ ਅਤੇ ਮੂਸੇਵਾਲ ਕਹਿੰਦੇ ਸੀ ਇਸ ਨੂੰ ਅਸੀਂ ਪਾਰਲੀਮੈਂਟ ਭੇਜਣਾ ਜਿੱਥੇ ਸਾਡੀ ਸਿੱਖ ਕੌਮ ਦੀ ਗੱਲ ਰੱਖ ਕੇ ਆਏ, ਅਤੇ ਉਸ ਵੇਲੇ ਤਾਂ ਗੱਲ ਸਿੱਧ ਨਹੀਂ ਹੋਈ, ਪਰ ਮੂਸੇਵਾਲ ਸਾਹਿਬ ਦੇ ਕਤਲ ਤੋਂ ਬਾਅਦ ਅਤੇ ਦੀਪ ਸਿੰਘ ਸਿੱਧੂ ਦੇ ਕਤਲ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਖਾਸ ਸੀਗੀ ਉਹ ਸ਼ਾਇਦ ਹੁਣ ਆਪਾਂ ਰਿਜ਼ਲਟ ਦੇ ਲਈ ਉਡੀਕ ਰਹੇ ਹਾਂ। ਜੇ ਆਪਣੇ ਹਿੱਤ ਦੇ ਵਿੱਚ ਰਿਜ਼ਲਟ ਨਿਕਲਿਆ ਆ ਤਾਂ ਫਿਰ ਉਹਨਾਂ ਸ਼ਹੀਦਾਂ ਨੂੰ ਮੁਬਾਰਕ ਹੋਊਗੀ। ਸਭ ਤੋਂ ਪਹਿਲਾਂ ਕਿੱਥੇ ਜਾ ਰਹੀ ਹੋ ਜਿੱਤ ਤੋਂ ਬਾਅਦ? ਅਜੇ ਪਹਿਲਾਂ ਜਿੱਤ ਤਾਂ ਨਹੀਂ ਗਈ ਯਾਰ, ਘੋੜੇ ਇਹ ਗੱਡੇ ਨੂੰ ਘੋੜੇ ਦੇ ਅੱਗੇ ਨਹੀਂ ਨਾ ਜੋੜੀਦਾ। ਆਖਰੀ ਸਵਾਲ ਹੈ ਮਾਨ ਸਾਹਿਬ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਿੜਬਾ ਤੋਂ ਵਿਧਾਇਕ ਨੇ, ਵਿੱਤ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਸਾਡੇ ਇੱਕ ਸਾਨੂੰ ਇੰਟਰਵਿਊ ਦੇ ਵਿੱਚ ਇੱਕ ਪੈਡ 'ਤੇ ਲਿਖ ਕੇ ਦਿੱਤਾ ਸੀ ਆਪਣੇ ਪੈਡ 'ਤੇ ਕਿ ਸਿਮਰਨਜੀਤ ਸਿੰਘ ਮਾਨ ਤਾਂ ਇਸ ਵਾਰ ਵੀ ਰਿਕਾਰਡ ਪੈਦਾ ਕਰਨਗੇ, ਹਾਰ ਦਾ, ਜਿੱਤ ਦਾ ਰਿਕਾਰਡ ਨਹੀਂ, ਹਾਰ ਦਾ ਰਿਕਾਰਡ ਪੈਦਾ ਕਰਨਾ ਚਾਹੁੰਦੇ ਆ ਸਿਮਰਨਜੀਤ ਸਿੰਘ ਮਾਨ ਅਤੇ ਬਾਕੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਅਜਿਹਾ ਕਿਹਾ ਸੀ ਵਿੱਤ ਮੰਤਰੀ ਨੇ। ਹਾਂ, ਜਦੋਂ ਹੰਕਾਰ ਅਤੇ ਹੋਮੇ ਜ਼ਿਆਦਾ ਹੋ ਜਾਂਦਾ ਕਿਸੇ ਦੇ ਵਿੱਚ ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਹੰਕਾਰ ਤੋੜ ਦਿੰਦੇ ਹੈ, ਜਿਵੇਂ ਹੁਣ ਉਹਨਾਂ ਨੇ ਤੋੜ ਕੇ ਅਤੇ ਇਹਨਾਂ ਨੂੰ ਖਤਮ ਕਰਤਾ, ਕਿਉਂ ਕਰਕੇ ਕਿਸੇ ਵੀ ਹਲਕੇ ਦੇ ਵਿੱਚ ਨੌਵਾਂ 'ਚੋਂ ਇਹਨਾਂ ਦੀ ਵੋਟ ਹੀ ਨਹੀਂ ਆਈ ਹੈਗੀ ਅਤੇ ਇਹ ਅੱਗੇ ਤੋਂ ਪੰਥ ਦੇ ਲਈ ਇਹ ਹਲਕੇ ਸਾਰੇ ਪੰਥਕ ਬਣ ਜਾਣਗੇ। ਮਾਨ ਸਾਹਿਬ, ਮੈਂ ਰਣਦੀਪ ਜੀ ਨਾਲ ਗੱਲ ਕਰ ਰਿਹਾ ਸੀ, ਆਖਰੀ ਸਵਾਲ ਹੈ ਮੇਰਾ, ਕਿ ਬਾਕੀ ਸਾਰਿਆਂ ਨੇ ਲੱਡੂ ਮੰਗਾ ਲਏ, ਬਾਕੀ ਸਾਰਿਆਂ ਨੇ ਹਲਵਾਈਆਂ ਨੂੰ ਔਡਰ ਦੇ ਤੇ, ਅਤੇ ਇੱਥੇ ਭੰਗੜੇ ਤਾਂ ਪਾਏ ਜਾ ਰਹੇ ਆ ਪਰ ਲੱਡੂ ਨਹੀਂ ਆਏ ਹਾਲੇ ਤੱਕ। ਮੈਂ ਤੁਹਾਨੂੰ ਦੱਸਿਆ ਲੱਡੂ ਪਹਿਲਾਂ ਨਹੀਂ ਮੰਗਾਉਣੇ ਚਾਹੀਦੇ ਜਿੰਨਾ ਚਿਰ ਰਿਜ਼ਲਟ ਨਾ ਨਿਕਲੇ, ਅਤੇ ਫਿਰ ਸ਼ਰਮਿੰਦਗੀ ਹੁੰਦੀ ਹੈ ਜੇ ਰਿਜ਼ਲਟ ਦੂਜੇ ਪਾਸੇ ਚਲਿਆ ਜਾਵੇ। ਤਾਂ ਤੁਸੀਂ ਸਮਝੋ ਕਿ ਅਸੀਂ ਤਹਿਜ਼ੀਬ ਵਾਲੇ ਲੋਕ ਹੈ ਅਤੇ ਅਸੀਂ ਆਪਣਾ ਮਾਹੌਲ ਨਹੀਂ ਕਦੇ ਵੀ ਉਡਾਉਣਾ ਚਾਹੁੰਦੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਜੁੜੇ ਹੋਏ ਸੀ। ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਕਿ ਪਹਿਲਾਂ ਲੱਡੂ ਨਹੀਂ ਮੰਗਾਈ ਦੇ, ਮੁੜ ਕੇ ਸ਼ਰਮਿੰਦਾ ਹੁੰਦੇ ਨੇ ਉਹ ਲੋਕ ਜਿਹੜੇ ਪਹਿਲਾਂ ਲੱਡੂ ਮੰਗਾ ਲੈਂਦੇ ਨੇ, ਇਸ ਕਰਕੇ ਅਸੀਂ ਲੱਡੂ ਪਹਿਲਾਂ ਨਹੀਂ ਮੰਗਾਏ ਗਏ। ਅਤੇ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਾਨੂੰ ਕਿਤੇ ਨਾ ਕਿਤੇ ਜਿਹੜਾ ਇੰਨੇ ਮਾਰਜਨ ਦੇ ਨਾਲ, ਮੈਂ ਅੱਗੇ ਚੱਲ ਰਿਹਾ ਪਰ ਹਾਲੇ ਮੈਂ ਵਧਾਈ ਕਬੂਲ ਨਹੀਂ ਕਰ ਰਿਹਾ, ਹਾਲੇ ਅਸੀਂ ਜਿੱਤ ਵੱਲ ਵੱਧ ਰਹੇ ਹਾਂ। ਜਦੋਂ ਜਿੱਤ ਗਏ ਉਦੋਂ ਫਿਰ ਲੱਡੂ ਵੀ ਖਵਾਵਾਂਗੇ, ਉਦੋਂ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਵਾਂਗੇ।